ਪੰਚਾਇਤਨਾਮਾ ਵੈਬ ਟੀਵੀ ਅੱਜ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ ਭੋਗਪੁਰ ਦੇ ਨਵੇਂ ਬਣੇ BDPO ਸਾਹਿਬ ਦੇ ਨਾਲ। ਇਹ ਪੋਸਟ ਉਹਨਾਂ ਲਈ ਨਵੀਂ ਨਹੀਂ ਹੈ, ਉਹ ਪਹਿਲਾਂ ਵੀ ਇੱਥੇ ਸੇਵਾਵਾਂ ਨਿਭਾ ਚੁੱਕੇ ਹਨ। ਬੀਬੀ ਮਨਜਿੰਦਰ ਕੌਰ ਜੀ ਐਜ਼ ਏ BDPO ਇੱਥੇ 4 ਸਾਂਭ ਚੁੱਕੇ ਆ, ਆਓ ਗੱਲਬਾਤ ਕਰਦੇ ਹਾਂ ਅਸੀਂ ਬੀਬੀ ਮਨਜਿੰਦਰ ਕੌਰ ਜੀ ਨਾਲ। ਮੈਂ ਮਨਜਿੰਦਰ ਕੌਰ, BDPO ਭੋਗਪੁਰ। ਮੈਂ 8/9/2020 ਨੂੰ ਜੁਆਇਨ ਕੀਤਾ ਸੀਗਾ ਅਤੇ ਮੈਂ ਪਹਿਲਾਂ ਵੀ ਇੱਥੇ ਬਤੌਰ ਅਕਾਊਂਟੈਂਟ BDPO ਕੰਮ ਕਰ ਚੁੱਕੀ ਹਾਂ। ਸੋ ਮੈਨੂੰ ਇੱਥੇ ਕੰਮ ਕਾਜ ਕਰਨ 'ਚ ਕੋਈ ਜ਼ਿਆਦਾ ਮੁਸ਼ਕਲ ਪੇਸ਼ ਨਹੀਂ ਆਊਗੀ ਕਿਉਂਕਿ ਸਾਰੇ ਸਰਪੰਚ ਸਾਹਿਬਾਨ, ਚੇਅਰਮੈਨ ਸਾਹਿਬ ਸਾਰੇ ਹੀ ਮੈਨੂੰ ਜਾਣਦੇ ਆ, ਤਾਂ ਜਦਕਿ ਪੁਰਾਣਾ ਸਾਰਾ ਸਟਾਫ ਵੀ ਇੱਥੇ ਪੁਰਾਣਾ ਹੀ ਆ, ਇਸ ਲਈ ਕੰਮ ਚਲਾਉਣ 'ਚ ਕੋਈ ਜ਼ਿਆਦਾ ਦਿੱਕਤ ਪੇਸ਼ ਨਹੀਂ ਆਊਗੀ। ਸੋ ਵੱਧ ਤੋਂ ਵੱਧ ਜਿਹੜੇ 83 ਪਿੰਡਾਂ ਦੇ ਕੰਮ ਹੀ ਸਾਰੀਆਂ ਪੰਚਾਇਤਾਂ ਦੇ ਵਿੱਚ ਚਲਾਉਣ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਧੰਨਵਾਦ। ਮੈਡਮ, ਇੱਥੇ ਪਾਣੀ ਦੀਆਂ ਬੜੀਆਂ ਪ੍ਰੋਬਲਮ ਆ, ਹਰ ਪਿੰਡ ਦੀ ਵੱਖਰੀ ਵੱਖਰੀ ਪ੍ਰੋਬਲਮ ਆ, ਕੋਈ ਪਿੰਡਾਂ ਵਿੱਚ ਕੋਈ ਨੁਮਾਇੰਦਾ ਜਾ ਕੇ ਸਾਰ ਨਹੀਂ ਲੈ ਰਿਹਾ, ਤੁਸੀਂ ਇਹਦੇ ਬਾਰੇ ਕੋਈ ਨਵੀਂ ਯੋਜਨਾ ਬੰਦ ਕਰੋਗੇ ਜਾਂ ਕਿਸੇ ਅਫਸਰ ਸਾਹਿਬ ਨਾਲ ਆਪਣੇ ਨਾਲ ਗੱਲ ਕਰੂੰਗੀ ਇਸ ਬਾਰੇ ਕਿ ਪਿੰਡਾਂ ਦੀਆਂ ਬਹੁਤ ਪ੍ਰੋਬਲਮ ਆ, ਉਹਨਾਂ ਨੂੰ ਸੋਲਵ ਕਰਨ ਲਈ ਕੋਈ ਨਵਾਂ ਤਰੀਕਾ ਜਾਂ ਨਵੀਂ ਕੋਈ ਯੋਜਨਾ? ਮੈਂ ਫਿਲਹਾਲ ਕੱਲ੍ਹ ਹੀ ਜੁਆਇਨ ਕੀਤਾ, ਮੈਨੂੰ ਇਸ ਬਾਰੇ ਪਤਾ ਨਹੀਂ ਕਿ ਕਿਹੜੇ ਕਿਹੜੇ ਪਿੰਡਾਂ 'ਚ ਮੇਨ ਗੰਦੇ ਪਾਣੀ ਦੀ ਪ੍ਰੋਬਲਮਸ ਹੈਗੀਆਂ। ਕੋਈ ਨਹੀਂ, ਮੈਂ 1-2 ਵਾਰੀ ਵਿਜ਼ਿਟ ਕਰਾਂਗੀ ਪਿੰਡਾਂ ਦੇ ਵਿੱਚ, ਫਿਰ ਪਤਾ ਲੱਗ ਜੂਗਾ। ਜਿਸ ਤਰ੍ਹਾਂ ਵੀ ਹੋਊਗਾ, ਜੋ ਵੀ ਸਮੱਸਿਆ ਹੋਊਗੀ ਪਿੰਡ ਦੀ, ਉਹ ਆਪਾਂ ਮਿਲ ਕੇ ਉਹਨੂੰ ਸੁਲਝਾਵਾਂਗੇ। ਕੈਮਰਾਮੈਨ ਰਣਜੀਤ ਸਿੰਘ ਦੇ ਨਾਲ ਕਮਲਜੀਤ ਸਿੰਘ, ਬਿਊਰੋ ਰਿਪੋਰਟ, ਪੰਚਾਇਤਨਾਮਾ ਜਲੰਧਰ।